ਨਾਭਾ ਵਿੱਚ ਇੱਕ ਵਿਅਕਤੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਸ਼ਮਸ਼ਾਦ ਨਾਮ ਦਾ ਇਹ ਵਿਅਕਤੀ ਪਿੰਡ ਹਰੀਗੜ੍ਹ ਦਾ ਰਹਿਣ ਵਾਲਾ ਹੈ, ਜੋ ਕਿ ਲੋਹੇ ਦੀ ਦੁਕਾਨ ਤੇ ਕੰਮ ਕਰਦਾ ਸੀ। ਦੁਕਾਨ ਤੋਂ ਵਾਪਸ ਆਉਣ ਸਮੇਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਜੀ ਇੱਕ ਮੁੰਡਾ ਸ਼ਮਸ਼ਾਦ, ਜਿਹਦੀ ਉਮਰ ਕੋਈ 35-36 ਸਾਲ ਦੇ ਕਰੀਬ ਹੈ, ਹਰੀਗੜ੍ਹ ਪਿੰਡ ਦਾ, ਥਾਣਾ ਸਦਰ ਨਾਭਾ 'ਚ ਹੀ ਪਿੰਡ ਪੈਂਦਾ। ਅਤੇ ਉਹਦਾ ਜੀ ਇੱਥੋਂ ਨਾਭੇ ਤੋਂ ਗਿਆ ਉਹ ਰਾਤ ਦੇ ਵੇਲੇ ਆਪਦੇ ਪਿੰਡ ਵੱਲ, ਤਾਂ ਇੱਥੇ ਨੇੜੇ ਇੱਕ ਪਿੰਡ ਹੈ ਢਿੰਗੀ, ਢਿੰਗੀ ਕੋਲ ਕਬਰਾਂ ਦੇ ਸਾਹਮਣੇ ਜਾ ਕੇ ਜਿਹੜਾ ਹੈਗਾ ਇਹਦੇ ਮੋਟਰ ਇਹਦੀ ਬਾਈਕ ਹੈ ਜੋ ਸਕੂਟੀ, ਉਹਨੂੰ ਕਿਸੇ ਗੱਡੀ ਨੇ ਪਿੱਛੋਂ ਫੇਟ ਮਾਰੀ ਹੈ। ਅਤੇ ਜੋ ਲੋਕਾਂ ਦੇ ਦੱਸਣ ਮੁਤਾਬਕ ਉੱਥੇ ਹੈ ਕਿ ਫੇਟ ਮਾਰਨ ਤੋਂ ਬਾਅਦ ਕੁਝ ਮੁੰਡਿਆਂ ਨੇ ਇਹਦੇ ਨਾਲ ਜੋ ਹੈ ਉੱਥੇ ਮਾਰਕੁਟਾਈ ਕੀਤੀ ਹੈ, ਜਿਹਦੀ ਕਿ ਇੱਥੇ ਹਸਪਤਾਲ ਦੇ ਵਿੱਚ ਆ ਕੇ ਡੈਥ ਹੋ ਚੁੱਕੀ ਹੈ। ਸਰ ਸ਼ਾਰਪ ਇੰਜਰੀ ਦੱਸੀ ਜਾ ਰਹੀ ਹੈ ਡਾਕਟਰ ਸਾਹਿਬ ਵੱਲੋਂ, ਕਿਸ ਚੀਜ਼ ਨਾਲ ਹਥਿਆਰ ਨਾਲ ਕੋਈ ਤੇਜ਼ ਧਾਰ ਹਥਿਆਰ ਜੀ ਵਰਤੇ ਹੋਏ ਜਾਂਦੇ, ਜੋ ਕਿ ਸਿਰ 'ਤੇ ਇੰਜਰੀਜ਼ ਹੈ ਜਾਂ ਹੋਰ ਬਾਕੀ ਬੋਡੀ 'ਤੇ ਇੰਜਰੀਜ਼ ਹੈ। ਓਵਰਆਲ ਮਰਡਰ ਆ ਟੋਟਲੀ ਆਪਾਂ ਕਹਿ ਸਕਦੇ, ਪ੍ਰਾਈਮਰੀ ਦੇਖ ਕੇ ਤਾਂ ਲੱਗਦਾ ਜੀ ਹਲੇ ਤੱਕ ਤਾਂ ਫਿਲਹਾਲ ਕੋਈ ਨਹੀਂ, ਜੇ ਅਸੀਂ ਉਹਨਾਂ ਦੇ ਬ੍ਰਦਰ ਨੂੰ ਮਿਲੇ ਹਾਂ, ਅਤੇ ਬਟ ਅਸੀਂ ਕੰਟੀਨਿਊਸਲੀ ਲੱਗੇ ਹੋਏ ਹਾਂ, ਅਸੀਂ ਹੋਪਫੁਲੀ ਅਸੀਂ ਟ੍ਰੇਸ ਕਰ ਲਵਾਂਗੇ। ਬਹਰਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਕਦੋਂ ਗ੍ਰਿਫਤਾਰੀ ਕਰੇਗੀ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।